ਦੋ ਬੇਸ਼ਰਮ ਭਾਂਜਿਆਂ ਦੇ ਵੱਲੋਂ ਆਪਣੇ ਹੀ ਘਰ ਚ ਆਏ ਮਾਮੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਪਹਿਲਾਂ ਤਾਂ ਆਪਣੇ ਮਾਮੇ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਮਾਮਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਭਾਂਜਿਆਂ ਦੇ ਮਾਂ ਬਾਪ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ, ਜਿਸ ਕਰਕੇ ਮਾਂ ਦੇ ਵੱਲੋਂ ਆਪਣੇ ਭਰਾ ਨੂੰ ਫੋਨ ਕੀਤਾ ਜਾਂਦਾ ਹੈ। ਜਿਵੇਂ ਹੀ ਇਹਨਾਂ ਭਾਂਜਿਆਂ ਦਾ ਮਾਮਾ ਘਰ ਪਹੁੰਚਦਾ ਆ ਤਾਂ ਫਿਰ ਮਾਂ ਦੇ ਵੱਲੋਂ ਵੀ ਉਸਦੇ ਨਾਲ ਜਾਣ ਦੀ ਗੱਲ ਆਖੀ ਜਾਂਦੀ ਹੈ। ਇਸੇ ਤੋਂ ਖਫਾ ਹੋਏ ਭਾਂਜਿਆਂ ਦੇ ਵੱਲੋਂ ਮਾਮੇ ਦੀ ਹੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਤੇ ਗੱਲ ਇੰਨੀ ਵੱਧ ਜਾਂਦੀ ਹੈ ਕਿ ਭਾਂਜਿਆਂ ਦੇ ਵੱਲੋਂ ਚਾਕੂ ਲੈ ਕੇ ਮਾਮੇ ਦੇ ਉੱਤੇ ਕਈ ਵਾਰ ਕਰ ਦਿੱਤੇ ਜਾਂਦੇ ਨੇ, ਜਿਸ ਦੇ ਵਿੱਚ ਮਾਮੇ ਦੀ ਗਰਦਨ ਤੇ ਕਮਰ ਦੇ ਉੱਤੇ ਗੰਭੀਰ ਸੱਟਾਂ ਵੀ ਲੱਗੀਆਂ ਨੇ, ਜੋ ਕਿ ਹਸਪਤਾਲ ਦੇ ਵਿੱਚ ਇਸ ਸਮੇਂ ਜ਼ੇਰੇ ਇਲਾਜ ਹੈ। ਉੱਧਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਦੋਨਾਂ ਭਾਂਜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਮੋਹਾਲੀ ਦੇ ਬਲੌਂਗੀ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪਣੇ ਹੀ ਘਰ ਦੇ ਵਿੱਚ ਆਏ ਆਪਣੇ ਹੀ ਮਾਮੇ ਤੇ ਇਹਨਾਂ ਭਾਂਜਿਆਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਚਾਕੂਆਂ ਦੇ ਨਾਲ ਵਾਰ ਕੀਤੇ ਗਏ ਨੇ, ਜਿਸ ਕਰਕੇ ਮਾਮੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਭਾਂਜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਸਾਨੂੰ ਮਿਤੀ 15/12/23 ਨੂੰ ਸਵੇਰੇ ਇੱਕ PGI ਤੋਂ ਰੁਕਾ ਹਾਸਲ ਹੋਇਆ, ਜਿਹਦੇ ਵਿੱਚ ਇੱਕ ਮਜ਼ਰੂਰ ਇਮਰਾਨ ਅਹਿਮਦ ਤੇ ਦਾਖਲ ਹੋਈ ਸੀ PGI ਦੇ ਵਿੱਚ ਸੱਟਾਂ ਲੱਗਣ ਕਾਰਨ। ਇਹਦੀ ਜਦੋਂ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਡਾਕਟਰ ਤੋਂ ਪਤਾ ਕੀਤਾ ਗਿਆ ਇਹ ਆਦਮੀ ਥੋੜ੍ਹਾ ਸੀਰੀਅਸ ਸੀ ਅਤੇ ਇਹਦੇ ਬ੍ਰਦਰ ਹੈ ਫੁਕਰਾਨ ਅਹਿਮਦ, ਹੈ ਨਾ, ਪੁੱਤਰ ਰਮਜ਼ਾਨੀ। ਉਹਨਾਂ ਤੋਂ ਰਿਕਾਰਡ ਉਹਨਾਂ ਨੇ ਬਿਆਨ ਲਿਖਵਾਇਆ, ਸਾਨੂੰ ਦਰਜ ਕਰਵਾਇਆ। ਇਹ ਮਾਮਲਾ ਸਾਰਾ ਇਹ ਹੈ ਜੀ ਵੀ ਇਹ ਜੋ ਫੁਕਰਾਨ ਅਹਿਮਦ ਅਤੇ ਇਮਰਾਨ ਅਹਿਮਦ ਹੈ, ਇਹਨਾਂ ਦੀ ਸਿਸਟਰ ਇੱਕ ਸੰਜੀਦਾ ਦੀ ਮੈਰਿਜ ਹੋਈ ਹੈ ਮਹਿਮੂਦ ਗਜਨਵੀ ਨਾਲ। ਮਹਿਮੂਦ ਗਜਨਵੀ ਦੀ ਸੈਕਿੰਡ ਮੈਰਿਜ ਸੀ, ਉਹਦੀ ਪਹਿਲੀ ਮੈਰਿਜ ਤੋਂ 3 ਬੱਚੇ ਨੇ, ਮੁਹੰਮਦ ਇਜਾਜ਼ ਉਮਰ 23 ਸਾਲ, ਮੁਹੰਮਦ ਸ਼ਾਹਵਾਨ ਉਮਰ 20 ਸਾਲ ਅਤੇ ਅਰਸ਼ਿਆਨ 18 ਸਾਲ। ਇਹ ਲੜਕੇ ਇਹਨਾਂ ਬੱਚਿਆਂ ਦੀ ਆਪਦੀ ਮਤਰੇਈ ਮਾਤਾ ਸੰਜੀਤਾ ਦੇ ਨਾਲ ਬਣਦੀ ਨਹੀਂ ਸੀ, ਆਪਸ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ। ਤਾਂ ਇਹ 14 ਤਰੀਕ ਦੀ ਰਾਤ ਨੂੰ ਇੱਕ ਇਹਨਾਂ ਦਾ ਪਹਿਲਾਂ ਆਪਦੀ ਮਾਤਾ ਨਾਲ ਝਗੜਾ ਹੋਇਆ, ਦੋ ਵੱਡੇ ਮੁੰਡਿਆਂ ਦਾ, ਮੁਹੰਮਦ ਇਜ਼ਾਨ ਦਾ ਅਤੇ ਮੁਹੰਮਦ ਸ਼ਾਹਵਾਨ ਦਾ। ਤਾਂ ਇਹ ਮਾਤਾ ਨਾਲ ਝਗੜਾ ਕਰਕੇ ਆਪਦੇ ਘਰ 'ਚੋਂ ਨਿਕਲ ਕੇ 39 ਵੈਸ ਦੇ ਸਾਹਮਣੇ ਇਹਨਾਂ ਦੀ ਮਾਤਾ ਸੰਜੀਦਾ ਨੇ ਆਪਦੇ ਬ੍ਰਦਰ ਨੂੰ ਇਮਰਾਨ ਅਹਿਮਦ ਨੂੰ ਬੁਲਾ ਲਿਆ ਸੀ। ਉੱਥੇ ਆਪਦੇ ਮਾਮੇ ਨਾਲ, ਆਪਦੇ ਮਤਰੇ ਮਾਮੇ ਨਾਲ ਇਹਨਾਂ ਦਾ ਝਗੜਾ ਹੋਇਆ, ਜਿਹਦੇ ਵਿੱਚ ਜੋ ਮੁਹੰਮਦ ਇਜਾਜ਼ ਸੀ ਇਹਨੇ ਆਪਦੇ ਹੱਥ ਫੜੇ ਚਾਕੂ ਨਾਲ ਇਮਰਾਨ ਅਹਿਮਦ ਦੇ ਗਰਦਨ 'ਤੇ ਵਾਰ ਕੀਤਾ ਅਤੇ ਵੱਖੀ ਦੇ ਵਿੱਚ ਚਾਕੂ ਲੱਗੇ ਨੇ। ਅਤੇ ਇਹਦੇ ਤਹਿਤ ਅਸੀਂ ਇਮਰਾਨ, ਮੁਹੰਮਦ ਇਜਾਜ਼, ਮੁਹੰਮਦ ਸ਼ਾਹਵਾਨ ਅਤੇ 2 ਹੋਰ ਅਨਨੋਨ ਬੰਦਿਆਂ ਦੇ ਖਿਲਾਫ ਜਿਹੜੇ ਧਾਰਾ 307-34 IPC ਦਾ ਮੁਕੱਦਮਾ ਦਰਜ ਕਰ ਲਿਆ ਹੋਇਆ। ਅਤੇ ਇਹਦੇ ਵਿੱਚ 2 ਜਣੇ, ਮੁਹੰਮਦ ਇਜਾਜ਼ ਅਤੇ ਮੁਹੰਮਦ ਸ਼ਾਹਵਾਨ, ਦੋਨਾਂ ਦੀ ਅਰੈਸਟ ਹੋ ਚੁੱਕੀ ਹੈ। ਅਰੈਸਟ ਕਰਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਇਹਨਾਂ 'ਚ ਅਗਲੀ ਤਫਤੀਸ਼ 'ਚ ਜਿਹੜੇ ਹੋਰ ਅਨਨੋਨ ਪਰਸਨ ਹੈਗੇ ਆ ਉਹਨਾਂ ਨੂੰ ਟਰੇਸ ਕਰਕੇ ਜਲਦੀ ਇਹਨਾਂ ਦੀ ਅਰੈਸਟ ਕਰਨੀ ਚਾਹੀਦੀ।